ਜਿਹੜੀ ਮੁਕਤਸਰ ਅਕਾਲੀ ਦਲ ਦੀ ਜਿਹੜੀ ਮਹਿਲਾ ਕਾਂਗਰਸ ਦੀ ਉਹਨਾਂ ਦੀ ਵਿੰਗ ਦੀ ਲੇਡੀਜ਼ ਦੀ ਜਾਂ ਜਿਹੜੀ ਕਾਨਫਰੰਸ ਹੋਈ ਜਾਂ ਰੈਲੀ ਹੋਈ ਉਹ 'ਚ ਮੈਂ ਸੁਣ ਰਿਹਾ ਸੀ ਚੈਨਲਸ 'ਤੇ ਬੀਬੀ ਹਰਸਿਮਰਤ ਕੌਰ ਜੀ ਦਾ ਭਾਸ਼ਣ। ਦੋ ਤਿੰਨ ਗੱਲਾਂ ਹੈ। ਇੱਕ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਵੀ ਜਿਹੜੀ ਤੱਕੜੀ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਹੈ, ਵੀ ਜਿਹੜਾ ਅਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਹੈ। ਮੈਂ ਹੈਰਾਨ ਹਾਂ। ਫਿਰ ਤਾਂ ਅਸੀਂ ਜਿਹੜਾ ਕਿ ਜੋ ਮੈਂ ਕਹਿਣ ਲੱਗਿਆ ਇਹ ਪੂਰਾ ਇਹ ਗਲਤ ਹੀ ਹੋਊਗਾ, ਜਾਂ ਜੇ ਇਹ ਕਹਿ ਦੇਵੇ ਕੋਈ ਤਾਂ ਇਹ ਮਗਰ ਪੈ ਜਾਣਾ। ਕਿਵੇਂ ਕੋਈ ਕਹਿ ਸਕਦਾ ਮੈਂ ਇਹ ਤਾਂ ਫਿਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਹੈ ਉਹ ਬਾਬੇ ਨਾਨਕ ਦਾ ਪੰਜਾ ਹੈ ਜਿਹਦੇ ਨਾਲ ਉਹ ਪੱਥਰ ਗੁਰੂ ਮਹਾਰਾਜ ਨੇ ਰੋਕਿਆ ਸੀ। ਪਰ ਆਪਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਹਾਂ? ਉਹ ਵੀ ਉਹ ਤੱਕੜੀ ਜਿਹਨੇ ਤੱਕੜੀ ਗੁਰੂ ਨਾਨਕ ਦੇਵ ਜੀ ਤੱਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ। ਇਹ ਤੱਕੜੀ ਮੇਰਾ ਮੇਰਾ ਤੋਲਦੀ ਆ, ਅਤੇ ਇਹ ਤੱਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ, ਡੋਡੇ ਫੀਮ ਭੁੱਖੀਆਂ ਇਹ ਤੱਕੜੀ ਉਹ ਤੋਲਦੀ ਰਹੀ ਆ। ਅੱਜ ਕਿੱਥੇ ਸੁੱਤੇ ਪਈ ਹੈ SGPC? ਅੱਜ ਕਿੱਥੇ ਪਏ ਸੁੱਤੇ ਪਏ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਰੇ? ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰਸਿਮਰਤ ਕੌਰ ਨੇ ਵੇਖੋ, ਅਤੇ ਕਿਉਂ ਕਾਰਵਾਈ ਨਾ ਹੋਈ ਅੱਜ ਤੱਕ? ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤਾਂ ਹੁਣ ਨੂੰ ਦੁਹਾਈਆਂ ਪਾਈਆਂ ਹੁੰਦੀਆਂ ਤੁਸੀਂ। ਇਸ 'ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਆ, ਚਾਹੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਬਿਲਕੁਲ ਇਹਨਾਂ ਦੀ ਤੱਕੜੀ ਤਾਂ ਇੰਨੀ ਬਦਨਾਮ ਆ, ਤੁਸੀਂ ਬਾਬੇ ਨਾਨਕ ਦੀ ਤੱਕੜੀ ਨਾਲ ਕਿਵੇਂ ਜੋੜਤੀ? ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੀਜੀ ਗੱਲ, ਉਹ ਬੀਬੀ ਜੀ ਇਹ ਕਹਿਣ ਲੱਗੇ, ਦੇਖੋ ਗ੍ਰਹਿ ਯੁੱਗ ਯੁੱਧ ਚੱਲ ਰਿਹਾ ਘਰ 'ਚ, ਦੁਸ਼ਮਣ ਨਾਲ ਨਹੀਂ ਘਰ 'ਚ ਗ੍ਰਹਿ ਯੁੱਧ ਚੱਲ ਰਿਹਾ, ਇਹ ਤਾਂ ਪਹਿਲਾਂ ਵੀ ਪਤਾ ਹੈ। ਪਰ ਬੀਬੀ ਜੀ ਨੇ ਉੱਥੇ ਕਿਹਾ, ਪ੍ਰਧਾਨ ਜੀ ਮਤਲਬ ਸੁਖਬੀਰ ਸਿੰਘ ਬਾਦਲ ਉਹ ਬੈਠੇ ਸੀ ਉੱਥੇ, ਵੀ ਬਾਕੀ ਤੁਸੀਂ ਅਹੁਦਿਆਂ ਦੀ ਵੱਡਿਆਂ ਵੱਡਿਆਂ ਦੀ ਗੱਲ ਕਰਦੇ ਆ, ਤੇ ਮੁੱਖ ਮੰਤਰੀ ਦੀ ਗੱਲ ਕਿਉਂ ਨਹੀਂ ਕਿਸੇ ਦੀ ਕਰਦੇ ਬੀਬੀ ਦੀ? ਮਤਲਬ ਹਰਸਿਮਰਤ ਜੀ ਨੇ ਕਲੀਅਰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਮੁੱਖ ਮੰਤਰੀ ਦੀ ਗੱਦੀ ਆ ਜਿਹੜੀ ਤੁਸੀਂ ਨਹੀਂ, ਉਹ ਅਸੀਂ ਲਵਾਂਗੇ, ਇਹ ਮਜੀਠੀਆ ਪਰਿਵਾਰ ਦੇ ਕੋਲ ਜਾਏਗੀ। ਉਹ ਤਾਂ ਚਲੋ ਸੁਪਨੇ ਆ, ਮਗੇਰੀ ਲਾਲ ਦੇ ਸੁਪਨੇ, ਮੁੱਖ ਮੰਤਰੀ ਦੀ ਗੱਦੀ ਬਾਦਲਾਂ ਕੋਲ ਨਾ ਆਉਣ ਦਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ। ਅਤੇ ਬਾਅਦ 'ਚ ਇੱਕ ਗੱਲ ਹੋਰ ਕਹੀ ਵੀ ਬੀਬੀ ਉਹ ਮੈਨੂੰ ਬਚਾ ਲਿਓ, ਜੇ ਮੈਨੂੰ ਰਾਤ ਨੂੰ ਕਿਤੇ ਪ੍ਰਧਾਨ ਜੀ ਕੁੱਟਣ ਪੈ ਗਏ ਤਾਂ ਮੈਂ ਤੁਹਾਡੇ ਕੋਲ ਆਜੂ। ਇਹਦਾ ਮਤਲਬ ਪ੍ਰਧਾਨ ਜੀ ਕੁੱਟਦੇ ਵੀ ਨੇ? ਇਹ ਗੱਲ ਨਵੀਂ ਤੁਸੀਂ ਦੱਸੀ ਆ ਵੀ ਪ੍ਰਧਾਨ ਜੀ, ਬੀਬੀ ਹਰਸਿਮਰਤ ਕੌਰ ਅਸੀਂ ਤਾਂ ਬੜਾ ਤਕੜਾ ਸਮਝਦੇ ਸੀ ਤੁਹਾਨੂੰ, ਇੱਕ ਨਾਰੀ ਸ਼ਕਤੀ ਆ, ਤੁਸੀਂ ਹਮੇਸ਼ਾ ਗੱਲ ਕੀਤੀ ਆ ਨੰਨੀ ਸ਼ਾਨ ਦੀ, ਅਤੇ ਆਪ ਤੁਸੀਂ ਮੰਚ 'ਤੇ ਕਹਿਤਾ ਵੀ ਪ੍ਰਧਾਨ ਜੀ ਮੈਨੂੰ ਕੁੱਟਦੇ ਆ, ਸੁਖਬੀਰ ਸਿੰਘ ਬਾਦਲ ਮੈਨੂੰ ਕੁੱਟਦੇ ਆ, ਜੇ ਮੈਨੂੰ ਕੁੱਟਿਆ ਅੱਜ ਸ਼ਾਮ ਨੂੰ ਤਾਂ ਮੈਂ ਤੁਹਾਡੇ ਕੋਲ ਆਏਗੀ। ਇਸ ਕਰਕੇ ਇਹ ਬੜੀਆਂ ਹੈਰਾਨੋ ਜਨਕ ਗੱਲਾਂ ਹੈ ਜਿਹੜੀਆਂ ਉਹਨਾਂ ਨੇ ਇਹ ਮੁਕਤਸਰ ਸਾਹਿਬ ਜਦੋਂ ਇਹ ਕਾਨਫਰੰਸ ਦੀ ਉਹਨਾਂ ਨੇ ਕੀਤੀ, ਤੁਸੀਂ ਵੀ ਸਾਰੇ ਸੁਣਿਓ, ਅਤੇ ਜੇ ਮੈਂ ਕੋਈ ਗੱਲ ਗਲਤ ਕਹੀ ਹੋਵੇ ਤਾਂ ਮੈਂ ਜਵਾਬ ਦੇ ਹੋਵਾਂਗਾ। ਉਹ ਆਪ ਇਹ ਦੋਨੋਂ ਤਿੰਨੋਂ ਗੱਲਾਂ ਹੈ ਜਿਹੜੀਆਂ ਮੰਚ 'ਤੇ ਹੋਏ ਭਾਸ਼ਣ ਦਿੰਦੇ ਹੋਏ ਬੋਲ ਰਹੇ ਆ।